सिटी के रास्ते अमृतसर से आने वाली नई दिल्ली को जाने वाली गाड़ी संख्या 12014 अमृतसर शताब्दी प्लेटफॉर्म नंबर 1 पर आ रही है। Via Jalandhar City to New Delhi is arriving on platform number 1. Kripa dhyan deo, Jalandhar City ke raaste Amritsar se aane wali Nayi Delhi ko jaane wali gaddi number. Wow, abhi Salman Khan hai. Rab pala kare, raji rakhe. Dardi gala bakshe. ਤਰੱਕੀਆਂ ਦੇ ਵੇ ਰੱਬ ਜਿਉਂਦਾ ਰਹਿ ਜਿਉਂਦਾ ਰਹਿ ਪੁੱਤ ਮਾਲਕ ਭਲੀ ਕਰੇ ਭਾਗ ਲਾਵੇ ਤੁਹਾਨੂੰ ਸਾਰਿਆਂ ਨੂੰ ਬਾਲ ਬੱਚੇ ਜਿਉਂਦੇ ਰਹਿਣ ਜਿਉਂਦੇ ਵਸਦੇ ਰਹੋ ਦੇ ਦੇ ਜਿਉਂਦਾ ਰਹਿ ਰੱਬ ਤਰੱਕੀ ਦੇਵੇ हाँ हाँ पहुँच जाना मैं टाइम पे नेड़े ही हाँ मैं कोई गल नहीं चल कोई ना हेलो भाई हाँ जी वो जड़े बाबा ही सी गए यार वो तो चले गए किधर गए हो चले गए हाँ जी यार पैसे तो लेके नहीं गए मैं तो मेरे तो ते बाकी सब को ले गए अच्छा ਭਾਈ ਇੱਕ ਕੰਮ ਕਰ ਹਾਂਜੀ ਯਾਰ ਮਾੜਾ ਜਿਹਾ ਮੇਰਾ ਸਮਾਨ ਦਾ ਖੈਰ ਕੀ ਮੈਂ ਦੋ ਮਿੰਟ ਆਇਆ ਕੋਈ ਗੱਲ ਠੀਕ ਆ ਹਾਂ ਬਾਬਾ ਜੀ ਕੀ ਗੱਲ ਮੇਰੇ ਨਾਲ ਕੋਈ ਨਾਰਾਜ਼ ਗਿਆ ਤੁਹਾਡੀ ਬਾਬਾ ਜੀ ਹਰਪਾਲ ਤੂੰ ਇਹ ਕੀ ਬਣੀ ਫਿਰਦਾ ਤੂੰ ਯਾਰ ਕੌਣ ਹਰਪਾਲ ਮੈਂ ਹੁਣ ਪਾਲੀ ਹਾਂ ਯਾਰ ਤੂੰ ਇਹ ਕਿਹੜਾ ਭੇਸ ਬਟਾਈ ਫਿਰਦਾ ਭੇਸ ਤਾਂ ਸਾਰੇ ਬਟਾਉਂਦੇ ਨੇ ਕੋਈ ਸ਼ਰਾਫਤ ਦਾ ਤੇ ਕੋਈ ਸ਼ਕਲ ਦਾ ਪਰ ਅੰਦਰੋਂ ਕੋਈ ਕੀ ਹੁੰਦਾ ਇਹ ਕੋਈ ਨਹੀਂ ਜਾਣਦਾ ਯਾਰ ਮੈਂ ਕੁਝ ਸਮਝਿਆ ਨਹੀਂ ਤੈਨੂੰ ਇਹੋ ਜਿਹੀ ਕੀ ਮਜਬੂਰੀ ਪੈ ਗਈ ਸੀ ਜੋ ਤੂੰ ਇਹ ਭੇਸ ਬਣਾ ਲਿਆ ਯਾਰ ਨਾਲੇ ਤੂੰ ਤਾਂ ਪੰਜਾਬ ਪੁਲਿਸ ਵਿੱਚ ਭਰਤੀ ਹੋਣ ਲੱਗਿਆ ਸੀ ਤੂੰ ਤਾਂ ਬਹੁਤ ਇੰਟੈਲੀਜੈਂਟ ਸੀ ਹਾਂ ਮੈਂ ਭਰਤੀ ਹੋਣ ਗਿਆ ਸੀ ਸਾਰੇ ਟੈਸਟ ਵੀ ਕਲੀਅਰ ਕਰ ਲਏ ਸੀ ਪਰ ਕਿਸੇ ਨੇ ਮੇਰੀ ਕਾਬਲੀਅਤ ਨਹੀਂ ਵੇਖੀ ਸਭ ਕੁਝ ਕਲੀਅਰ ਕਰਨ ਤੋਂ ਬਾਅਦ ਆ ਸੀ ਕਿ ਮੈਂ ਪੁਲਿਸ ਵਿੱਚ ਭਰਤੀ ਹੋ ਜਾਵਾਂ ਪਰ ਹੋਇਆ ਕੁਝ ਹੋਰ ਹੀ ਕਿਉਂ ਇਹੋ ਜਿਹਾ ਕੀ ਹੋ ਗਿਆ ਸਭ ਕੁਝ ਕਲੀਅਰ ਕਰਨ ਤੋਂ ਬਾਅਦ ਮੇਰੇ ਕੋਲੋਂ 5 ਲੱਖ ਦੀ ਮੰਗ ਕੀਤੀ ਗਈ ਤੈਨੂੰ ਪਤਾ ਹੈ ਜੋ ਮੈਂ ਚਾਹ ਕੇ ਵੀ ਦੇ ਨਹੀਂ ਸੀ ਸਕਦਾ ਇੱਕ ਵਾਰ ਤਾਂ ਦਿਲ ਕੀਤਾ ਕਿ ਇਹਨਾਂ ਦੀ ਬੰਦੂਕ ਖੋ ਕੇ ਇਹਨਾਂ ਨੂੰ ਗੋਲੀ ਮਾਰ ਯਾਰ ਤੂੰ ਹੋਰ ਕਿਤੇ ਟਰਾਈ ਕਰ ਲੈਣਾ ਸੀ ਇੰਨੀਆਂ ਜੌਬ ਮਿਲਦੀਆਂ ਮੈਂ ਬਹੁਤ ਜਗ੍ਹਾ ਸਰਕਾਰੀ ਜੌਬ ਲਈ ਟਰਾਈ ਕੀਤਾ ਪਰ ਹਰ ਜਗ੍ਹਾ ਰਿਸ਼ਵਤ ਨੇ ਮੇਰਾ ਰਾਹ ਰੋਕ ਲਿਆ ਫਿਰ ਅਖੀਰ ਨੂੰ ਮੈਂ ਬਾਪੂ ਨਾਲ ਮਿਸਤਰੀ ਦੀ ਦਿਹਾੜੀ 'ਤੇ ਕੰਮ ਕਰਨ ਲੱਗ ਪਿਆ ਇੱਕ ਦਿਨ ਬਾਪੂ ਕੰਮ ਕਰਦੇ ਕਰਦੇ ਛੱਤ ਤੋਂ ਥੱਲੇ ਡਿੱਗ ਪਿਆ ਉਹਨਾਂ ਦਾ ਚੂਲਾ ਟੁੱਟ ਗਿਆ ਆਖਿਰ ਨੂੰ ਉਹ ਵੀ ਘਰ ਬੈਠ ਗਿਆ ਬਾਕੀ ਬੇਬੇ ਦਾ ਤਾਂ ਤੈਨੂੰ ਪਤਾ ਹੀ ਆ ਕਿ ਉਸਨੂੰ ਅੱਖਾਂ ਤੋਂ ਦਿਖਾਈ ਨਹੀਂ ਦਿੰਦਾ ਬਸ ਲਾਸਟ ਵਿੱਚ ਮੇਰੇ ਕੋਲ ਇਹੋ ਰਸਤਾ ਸੀ ਜਿੱਥੇ ਨਾ ਤਾਂ ਸਟੱਡੀ ਦੀ ਲੋੜ ਨਾ ਰਿਸ਼ਵਤ ਅਤੇ ਨਾ ਹੀ ਕਿਸੇ ਇਨਵੈਸਟਮੈਂਟ ਦੀ ਚੱਲ ਕੋਈ ਗੱਲ ਨਹੀਂ ਯਾਰ ਹੌਸਲਾ ਰੱਖ ਸਭ ਕੁਝ ਠੀਕ ਹੋ ਜੂਗਾ ਠੀਕ ਹੈ ਟੈਨਸ਼ਨ ਨਾ ਲੈ ਚੱਲ ਠੀਕ ਹੈ ਮੈਂ ਚੱਲਦਾ ਯਾਰ ਤੇਰੇ ਨਾਲ ਗੱਲਾਂ 'ਚ ਪੈ ਗਿਆ ਤਾਂ ਅਗਲੇ ਸਟੇਸ਼ਨ 'ਤੇ ਸਾਰੀਆਂ ਸਵਾਰੀਆਂ ਉਤਰ ਜਾਣੀਆਂ ਨਾਲੇ ਤੇਰੀ ਪਰਸਨੈਲਿਟੀ ਨੂੰ ਸੂਟ ਨਹੀਂ ਕਰਦਾ ਮੇਰੇ ਵਰਗੇ ਕੋਲ ਖੜੇ ਰਹਿਣਾ ਚੰਗਾ ਚੱਲਦਾ
ਇਹ ਸੀ ਇੱਕ ਪਾਲੀ ਦੀ ਕਹਾਣੀ। ਸਾਡੇ ਦੇਸ਼ ਵਿੱਚ ਪਤਾ ਨਹੀਂ ਹੋਰ ਕਿੰਨੇ ਕੁ ਪਾਲੀ ਬੇਰੁਜ਼ਗਾਰੀ ਅਤੇ ਰਿਸ਼ਵਤਖੋਰੀ ਕਰਕੇ ਅਜਿਹਾ ਕੁਝ ਕਰਨ ਲਈ ਮਜਬੂਰ ਹਨ।